हेलो एवरीवन वेलकम बैक टू योर ओन चैनल साइंटिया हां जी ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਦੇ ਕੰਪੀਟੀਟਿਵ ਇਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਉਜਾਏ ਪੀਟੈਡ ਦਾ ਇਗਜ਼ਾਮ ਹੋ ਈਟੀਟੀ ਦਾ ਇਗਜ਼ਾਮ ਹੋ ਤੁਹਾਡਾ ਐਨਟੀਟੀ ਦਾ ਇਗਜ਼ਾਮ ਹੋ ਈਵਨ ਮਾਸਟਰ ਕੈਰੀਅਰ ਦੇ ਲਈ ਵੀ ਅਗਰ ਤੁਸੀਂ ਚੈਨਲ ਦੇ ਨਿਊ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਸੋ ਦੈਟ ਤੁਹਾਨੂੰ ਸਾਰੀਆਂ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਕਲੀਅਰ हां जी ਜੀ ਮੇ ਤੁਹਾਨੂੰ ਪਤਾ ਆਪਣਾ ਪੀਟੈਟ ਦਾ ਐਗਜ਼ਾਮ 30th April ਦਾ ਹੈ ਕਲੀਅਰ ਤਾਂ ਉਸ ਦੀ ਪ੍ਰੈਪਰੇਸ਼ਨ ਦੇ ਲਈ ਜੋ ਲਾਸਟ ਮੂਮੈਂਟ ਪ੍ਰੈਪਰੇਸ਼ਨ ਹੁੰਦੀ ਹੈ ਆਪਾਂ ਕੁਝ ਐਮਸੀਕਿਊਜ਼ ਸੋਲਵ ਕਰਾਂਗੇ ਔਰ ਅਗਰ ਆਪਾਂ ਗੱਲ ਕਰੀਏ ਮਿਕਸਡ ਐਮਸੀਕਿਊ ਹੋਣਗੇ ਇੱਕ ਪਾਰਟਿਕੂਲਰ ਚੈਪਟਰ ਦੇ ਨਹੀਂ ਹੋਣਗੇ ਕਲੀਅਰ ਤੁਸੀਂ ਨਾਲ-ਨਾਲ ਸੋਲਵ ਕਰਨੇ ਆ ਆਪਣੇ ਅਨਸਰ ਤੁਸੀਂ ਨੋਟਬੁੱਕ ਤੇ ਨੋਟ ਡਾਊਨ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ ਕਰੈਕਟ ਅਨਸਰ ਕੀ ਹੈ ਚੈੱਕ ਕਰ ਸਕਦੇ ਹੋ ਕਲੀਅਰ ਹੈ ਜੀ ਸਟਾਰਟ ਕਰਦੇ ਆ ਆਪਣੇ ਸਭ ਤੋਂ ਪਹਿਲਾ ਫਰਸਟ ਐਮਸੀਕਿਊ ਦੀ ਤਾਂ ਹਾਂਜੀ ਆਪਣਾ ਜੋ ਫਰਸਟ ਐਮਸੀਕਿਊ ਹੈ ਉਹ ਕੀ ਹੈ ਵਿਚ ਆਫ ਦਾ ਫੋਲੋਇੰਗ ਗੈਸ ਇਜ਼ ਰਿਡਿਊਸਡ ਇਨ ਰਿਡਕਸ਼ਨ ਪ੍ਰੋਸੈਸ ਕਹਿੰਦੇ ਜੋ ਰਿਡਕਸ਼ਨ ਪ੍ਰੋਸੈਸ ਹੁੰਦਾ ਉਸ ਦੇ ਵਿੱਚ ਕਿਹੜੀ ਗੈਸ ਕੀ ਰਿਡਿਊਸ ਹੁੰਦੀ ਹੈ ਦੇਖੋ ਹੁਣ ਆਪਾਂ ਨੂੰ ਪਤਾ ਹੈ ਰਿਡਕਸ਼ਨ ਇੱਕ ਪ੍ਰੋਸੈਸ ਹੈ ਜਿਸ ਦੇ ਵਿੱਚ ਕੁਝ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ ਕੀ ਹੁੰਦੀਆਂ ਨੇ ਕੈਮੀਕਲ ਰਿਐਕਸ਼ਨਸ ਹੁੰਦੀਆਂ ਕਲੀਅਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਜੋ ਰਿਡਕਸ਼ਨ ਹੈ ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਇੱਕ ਚੀਜ਼ ਨੂੰ ਰਿਮੂਵ ਕਰਦੇ ਹਾਂ ਔਰ ਦੂਸਰੇ ਦੀ ਐਡੀਸ਼ਨ ਕਰਦੇ ਹਾਂ ਕਲੀਅਰ ਆਪਾਂ ਨੂੰ ਹੁਣ ਧਿਆਨ ਨਾ ਪੜਨਾ ਹੈ ਰਿਡਿਊਸ ਦਾ ਮਤਲਬ ਹੁੰਦਾ ਹੈ ਕਿਸ ਚੀਜ਼ ਨੂੰ ਆਪਾਂ ਕੀ ਕਰ ਸਕਦੇ ਹਾਂ ਰਿਮੂਵ ਕਰ ਸਕਦੇ ਹਾਂ ਤਾਂ ਰਿਡਕਸ਼ਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਰਿਮੂਵ ਕਿਸ ਨੂੰ ਕਰਦੇ ਹਾਂ ਆਪਾਂ ਆਕਸੀਜਨ ਨੂੰ ਐਂਡ ਐਡੀਸ਼ਨ ਕਿਸ ਦੀ ਕਰਦੇ ਹਾਂ ਆਪਾਂ ਹਾਈਡਰੋਜਨ ਦੀ ਕਲੀਅਰ ਐਂਡ ਉਲਟਾ ਹੀ ਕਿਸ ਦੇ ਵਿੱਚ ਹੁੰਦਾ ਆਪਾਂ ਜੋ ਆਕਸੀਡੇਸ਼ਨ ਰਿਐਕਸ਼ਨ ਕਰਦੇ ਆ ਆਕਸੀਡੇਸ਼ਨ ਪ੍ਰੋਸੈਸ ਕਰਦੇ ਆ ਉਸ ਦੇ ਵਿੱਚ ਕੀ ਹੁੰਦੀ ਹੈ ਐਡੀਸ਼ਨ ਹੁੰਦੀ ਹੈ ਆਕਸੀਜਨ ਦੀ ਐਂਡ ਰਿਮੂਵ ਕਿਸ ਨੂੰ ਕੀਤਾ ਜਾਂਦਾ ਹੈ ਹਾਈਡਰੋਜਨ ਨੂੰ ਕਲੀਅਰ ਇਹ ਧਿਆਨ ਰੱਖਣਾ ਕੈਮੀਕਲ ਰਿਐਕਸ਼ਨਸ ਨੇ ਰਿਡਕਸ਼ਨ ਤੇ ਆਕਸੀਡੇਸ਼ਨ ਨੂੰ ਮਿਲਾ ਕੇ ਆਪਣੇ ਕੋਲ ਰਿਡੌਕਸ ਰਿਐਕਸ਼ਨਸ ਬਣਦੀਆਂ ਨੇ ਬਟ ਆਪਾਂ ਨੂੰ ਗੱਲ ਸਿਰਫ ਤੇ ਸਿਰਫ ਰਿਡਕਸ਼ਨ ਪ੍ਰੋਸੈਸ ਦੀ ਕੀਤੀ ਗਈ ਹੈ ਤੇ ਰਿਡਕਸ਼ਨ ਪ੍ਰੋਸੈਸ ਦੇ ਵਿੱਚ ਆਪਾਂ ਕਿਸ ਨੂੰ ਰੀਮੂਵ ਕਰਦੇ ਆ ਆਕਸੀਜਨ ਨੂੰ ਰਿਮੂਵ ਕਰਦੇ ਆ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ অপਸ਼ਨ A ਹੋ ਜਾਏਗਾ ਕਲੀਅਰ ਉਮੀਦ ਹੈ ਤੁਹਾਨੂੰ ਫਸਟ ਕੁਐਸਚਨ kia ਕਲੀਅਰ ਹੋ ਚੁੱਕੇ ਹਨ ਨੈਕਸਟ ਅਗਰ ਆਪਾਂ ਗੱਲ ਕਰੀਏ ਆਪਣੇ ਸੈਕਿੰਡ ਕੁਐਸਚਨ ਦੀ ਹਾਂਜੀ ਆਪਣਾ ਸੈਕਿੰਡ ਕੁਐਸਚਨ ਹੈ ਵੇਟ ਹਾਂਜੀ ਵਿਚ ਆਫ ਦਾ ਫੋਲੋਇੰਗ ਕੰਪਾਊਂਡ ਇਸ ਮੇਨਲੀ ਯੂਜ਼ਡ ਇਨ ਹੈਂਡ ਸੈਨੀਟਾਈਜ਼ਰ ਜੋ ਹੈਂਡ ਸੈਨੀਟਾਈਜ਼ਰਸ ਹੁੰਦੇ ਆ ਆਪਾਂ ਮੇਨਲੀ ਘਰਾਂ ਦੇ ਵਿੱਚ ਵੀ ਯੂਜ਼ ਕਰਦੇ ਆ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਕੰਪਾਊਂਡ ਪਾਏ ਜਾਂਦੇ ਆ ਐਲਡੀਹਾਈਡਸ ਐਸੈਟਿਕ ਐਸਿਡ ਅਲਕੋਹਲ ਯਾ ਕੀਟੋਨ ਦੇਖੋ ਇਹ ਇਹ ਨਾ ਕਾਮਨ ਜੇ ਕੁਐਸਚਨਸ ਆ ਆ ਜਾਂਦੇ ਆ ਕਿ ਜ਼ਰੂਰੀ ਨਹੀਂ ਕਿ ਚੈਪਟਰ ਵਾਈਜ਼ ਹੀ ਆਣਗੇ ਤੁਹਾਨੂੰ ਕਈ ਵਾਰ ਇਦਾਂ ਦੇ ਕੁਐਸਚਨਸ ਵੀ ਆ ਜਾਂਦੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਅਲਕੋਹਲ ਹੈ ਮੀਨਸ ਇਸ ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ অপਸ਼ਨ ਸੀ ਹੈ ਜੋ ਅਲਕੋਹਲ ਹੈ ਇਸ ਨੂੰ ਆਪਾਂ ਯੂਜ਼ ਕਰਦੇ ਆ ਹੈਂਡ ਸੈਨੀਟਾਈਜ਼ਰਸ ਜੋ ਬੰਦੇ ਹੈ ਇਹ ਕੀ ਕਰਦੇ ਹੈ ਹੈਲਪ ਕਰਦੇ ਹੈ ਜਰਮਸ ਨੂੰ ਕਿਲ ਕਰਨ ਦੇ ਲਈ ਤੇ ਆਪਣੀ ਹੈਂਡਸ ਨੂੰ ਕੀ ਹੈ ਇਹ ਪ੍ਰिवेंट ਕਰਵਾਂਦੇ ਹੈ ਮਤਲਬ ਬਚਾਉਂਦੇ ਨੇ ਕਿਸ ਤੋਂ ਜਰਮਸ ਤੋਂ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਊਗਾ ਆਪਣੇ ਕੋਲ অপਸ਼ਨ ਸੀ ਨੈਕਸਟ ਅਗਰ ਆਪਾਂ ਗੱਲ ਕਰੀਏ 3rd ਕੁਐਸਚਨ ਦੀ ਐਸਿਡ ਟਰਨ ਬਲੂ ਲਿਟਮਸ ਪੇਪਰ ਇੰਟੂ ਵਿਚ ਕਲਰ ਦੇਖੋ ਹੁਣ ਇਹ ਐਸਿਡ ਬੇਸ ਐਂਡ ਸਾਲਟ ਆਪਾਂ ਇੱਕ ਚੈਪਟਰ ਕੀਤਾ ਹੋਇਆ ਉਸ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਕਿ ਜੋ ਐਸਿਡਸ ਹੁੰਦੇ ਆ ਉਹਨਾਂ ਦਾ ਜਦੋਂ ਆਪਾਂ ਲਿਟਮਸ ਪੇਪਰ ਟੈਸਟ ਕਰਦੇ ਆ ਤਾਂ ਉਸ ਦੇ ਵਿੱਚ ਜੋ ਬਲੂ ਕਲਰ ਹੈ ਉਹ ਕਿਸ ਦੇ ਵਿੱਚ ਕੀ ਹੈ ਕਨਵਰਟ ਹੋ ਜਾਂਦਾ ਹੈ ਇਸ ਦੀ ਮੈਂ ਤੁਹਾਨੂੰ ਟ੍ਰਿਕ ਵੀ ਦੱਸੀ ਸੀ ਦੇਖੋ ਜੋ ਬਲੂ ਕਲਰ ਹੈ ਉਹ ਕਿਸ ਦੇ ਵਿੱਚ ਚੇਂਜ ਹੋ ਜਾਂਦਾ ਹੈ ਰੈੱਡ ਦੇ ਵਿੱਚ ਕਿਸ ਕੇਸ ਦੇ ਵਿੱਚ ਐਸਿਡ ਕੇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਬੇਸ ਦੀ ਤਾਂ ਬੇਸ ਦੇ ਵਿੱਚ ਜੋ ਰੈੱਡ ਕਲਰ ਹੈ ਉਹ ਕਿਸ ਦੇ ਵਿੱਚ ਕਨਵਰਟ ਹੋ ਜਾਂਦਾ ਬਲੂ ਕਲਰ ਦੇ ਵਿੱਚ ਬੀ ਦਾ ਮਤਲਬ ਬੇਸ ਬੀ ਦਾ ਮਤਲਬ ਬਲੂ ਤਾਂ ਇਹ ਅਗਰ ਤੁਹਾਨੂੰ ਪੁੱਛਿਆ ਗਿਆ ਬੇਸ ਕਿਸ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਤਾਂ ਉਹ ਬਲੂ ਕਲਰ ਦੇ ਵਿੱਚ ਅਗਰ ਤੁਹਾਨੂੰ ਪੁੱਛਿਆ ਗਿਆ ਐਸਿਡ ਦੇ ਵਿੱਚ ਬਲੂ ਲਿਟਮਸ ਪੇਪਰ ਕਿਸ ਚ ਕਨਵਰਟ ਹੋ ਜਾਂਦਾ ਰੈੱਡ ਦੇ ਵਿੱਚ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ অপਸ਼ਨ ਸੀ ਆ ਗਿਆ ਇਹ ਧਿਆਨ ਦੇ ਵਿੱਚ ਰੱਖਿਓ ਕਿ ਜੋ ਲਿਟਮਸ ਪੇਪਰ ਹੈ ਜਦੋਂ ਐਸਿਡ ਦੀ ਗੱਲ ਹੋਊਗੀ ਤਾਂ ਉਹ ਬਲੂ ਲਿਟਮਸ ਪੇਪਰ ਰੈੱਡ ਦੇ ਵਿੱਚ ਕਨਵਰਟ ਹੁੰਦਾ ਹੈ ਔਰ ਅਗਰ ਗੱਲ ਬੇਸ ਦੀ ਹੋ ਰਹੀ ਹੈ ਤਾਂ ਉਸ ਦੇ ਵਿੱਚ ਜੋ ਰੈੱਡ ਲਿਟਮਸ ਪੇਪਰ ਹੈ ਉਹ ਕਿਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਬਲੂ ਦੇ ਵਿੱਚ ਦੇਖਿਆ ਉਹਨਾਂ ਨੋਰਮਲ ਆਪਾਂ ਪ੍ਰੈਕਟੀਕਲ ਕਰਕੇ ਦੇਖਦੇ ਹਾਂ ਕਲੀਅਰ ਹੈ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਫੋਰਥ ਕੁਐਸਚਨ ਦੀ ਵਿਚ ਇਜ਼ ਦਾ ਬੇਸਿਕ ਯੂਨਿਟ ਆਫ आवर ਨਿਊਰਲ ਸਿਸਟਮ ਦੇਖੋ ਬੇਸਿਕ ਯੂਨਿਟ ਪੁੱਛੀ ਗਈ ਹੈ ਤਾਂ অপਸ਼ਨਸ ਦੇਖ ਲਓ ਨਿਊਟ੍ਰੋਨ ਨਿਊਰੋਨ 네ਫਰੋਨ ਜਾਂ ਨਿਊਕਲੀਓਨ ਸਭ ਤੋਂ ਪਹਿਲਾਂ ਇਹਨਾਂ ਅਗਰ ਤੁਸੀਂ ਮੰਨ ਲਓ ਤੁਹਾਨੂੰ ਕੁਐਸਚਨ ਨਹੀਂ ਵੀ ਆਂਦਾ ਤਾਂ ਤੁਸੀਂ ਥੋੜਾ ਜਿਆਦਾ ਸੋਚ ਸਕਦੇ ਹੋ ਮੀਨਸ অপਸ਼ਨਸ ਨੂੰ ਆਪਾਂ ਕੀ ਕਰ ਸਕਦੇ ਹਾਂ অপਸ਼ਨਸ ਰਿਮੂਵ ਕਰ ਸਕਦੇ ਹੋ ਤੁਸੀਂ ਪਹਿਲਾਂ অপਸ਼ਨਸ ਨੂੰ ਧਿਆਨ ਨਾਲ ਦੇਖ ਲਓ ਅਗਰ ਕਈ ਵਾਰ ਆਪਾਂ ਤੁਹਾਨੂੰ ਕੁਐਸਚਨ ਨਹੀਂ ਪਤਾ ਕਿ ਇਸ ਤਰੀਕੇ ਦਾ ਆਇਆ ਹੋਇਆ ਹੈ ਜਾਂ ਗੈਸ ਲਗਾਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ অপਸ਼ਨਸ ਰਿਮੂਵ ਕਰਨੀਆਂ ਸ਼ੁਰੂ ਕਰੋਗੇ ਉਸ ਬੇਸਿਸ ਤੇ ਕਰ ਸਕਦੇ ਹੋ ਆਦਰਵਾਇਸ ਫਿਰ ਮੁਸ਼ਕਿਲ ਹੋ ਜਾਊਗਾ ਠੀਕ ਹੈ ਜੀ ਤਾਂ ਜੋ ਬੇਸਿਕ ਯੂਨਿਟ ਹੁੰਦੀ ਹੈ ਉਸ ਨੂੰ ਆਪਾਂ ਨਿਊਰੋਨ ਬੋਲਦੇ ਹਾਂ ਦੇਖੋ ਨਿਊਟ੍ਰੋਨ ਕੀ ਹੁੰਦੇ ਨੇ ਇਹ ਤਾਂ ਆਪਾਂ ਪਹਿਲੀ ਗੱਲ ਤਾਂ ਨਿਊਟ੍ਰੋਨ ਦਾ ਆਪਾਂ ਫਿਜ਼ਿਕਸ ਦੇ ਵਿੱਚ ਕਰਦੇ ਹਾਂ ਸੌਰੀ ਕੈਮਿਸਟਰੀ ਦੇ ਵਿੱਚ ਕਰਦੇ ਹਾਂ ਜਿਸ ਦੇ ਵਿੱਚ ਕੀ ਹੁੰਦਾ ਆਪਣੇ ਕੋਲ ਨਿਊਟ੍ਰੋਨ ਦੇ ਉੱਪਰ ਨੋ ਚਾਰਜ ਹੁੰਦਾ ਕੋਈ ਵੀ ਚਾਰਜ ਨਹੀਂ ਹੁੰਦਾ ਪ੍ਰੋਟੋਨ ਦੇ ਵਿੱਚ ਪੋਜ਼ਿਟਿਵ ਚਾਰਜ ਹੁੰਦਾ ਇਲੈਕਟ੍ਰੋਨ ਦੇ ਨੈਗੇਟਿਵ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਕਿੱਥੇ ਪ੍ਰੈਜ਼ੈਂਟ ਹੁੰਦਾ ਨਿਊਟ੍ਰੋਨ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਕਲੀਅਰ ਤਾਂ ਇਹ অপਸ਼ਨ ਤਾਂ ਹੋ ਗਈ ਆਪਣੀ ਕੱਟ ਨੈਕਸਟ ਅਗਰ ਆਪਾਂ ਗੱਲ ਕਰੀਏ ਇਸੇ ਤਰੀਕੇ ਨਾਲ ਜੋ ਨਿਊਕਲੀਅਨ ਹੈ ਕਿਸ ਤੋਂ ਮਿਲ ਕੇ ਬਣਦਾ ਹੁੰਦਾ ਆਪਣੀ ਨਿਊਟ੍ਰੋਨ ਤੇ ਪ੍ਰੋਟੋਨ ਤੋਂ ਤਾਂ ਡੀ অপਸ਼ਨ ਵੀ ਕੀ ਹੋਗੀ ਕੈਨਸਲ ਹੋਗੀ ਕਲੀਅਰ ਹੁਣ ਦੇਖੋ ਜੋ ਆਪਣੇ ਕੋਲ ਕੀ ਹੈ ਨਿਊਰੋਨ ਹੈ ਇਹੀ ਕੀ ਹੈ ਬੇਸਿਕ ਯੂਨਿਟ ਹੁੰਦੀ ਹੈ ਆਪਣੀ ਨਿਊਰਲ ਸਿਸਟਮ ਦੀ ਠੀਕ ਤਾਂ ਤੁਹਾਨੂੰ ਇਹ ਚੀਜ਼ਾਂ ਕੀ ਹੋਣੀਆਂ ਚਾਹੀਦੀਆਂ ਨੇ ਪਤਾ ਹੋਣੀਆਂ ਚਾਹੀਦੀਆਂ ਨੇ ਨੈਕਸਟ ਆਪਣੀ 3 ਕੀ ਹੈ ਜੋ অপਸ਼ਨ ਹੈ ਨੇਫਰੋਨ ਨੇਫਰੋਨ ਕੀ ਹੁੰਦੀ ਹੈ ਫੰਕਸ਼ਨਲ ਯੂਨਿਟ ਹੁੰਦੀ ਹੈ ਆਪਣੀ ਕਿਸ ਦੀ ਕਿਡਨੀ ਦੀ ਫੰਕਸ਼ਨਲ ਯੂਨਿਟ ਹੁੰਦੀ ਹੈ ਕਿਸ ਦੀ ਕਿਡਨੀ ਦੀ ਤਾਂ ਆਪਣੇ ਕੋਲ ਨਿਊਰਲ ਸਿਸਟਮ ਦਾ ਪੁੱਛਿਆ ਹੈ ਤਾਂ ਸੀ ਆਪਸ਼ਨ ਵੀ ਕੀ ਹੋ ਗਿਆ ਕੈਨਸਲ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਣੇ ਕੋਲ ਆਪਸ਼ਨ ਬੀ ਹੋ ਗਿਆ ਠੀਕ ਹੈ ਜੀ ਕਲੀਅਰ ਨੈਕਸਟ ਵੈਸੇ ਨਿਊਰੋਨ ਦੀ ਗੱਲ ਕਰੀਏ ਇਹ ਕਨੈਕਟ ਹੁੰਦਾ ਬ੍ਰੇਨ ਟੂ 올 ਪਾਰਟ ਆਫ ਬੋਡੀ ਆਪਣੇ ਬੋਡੀ ਦੇ ਜਿੰਨੇ ਵੀ ਪਾਰਟ ਹੈ ਸਾਰਿਆਂ ਦੇ ਨਾਲ ਕੀ ਹੁੰਦੇ ਨੇ ਕਨੈਕਟ ਹੁੰਦੇ ਆ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ 5th ਕੁਐਸਚਨ ਦੀ ਤੁਸੀਂ ਪਹਿਲਾਂ ਖੁਦ ਵੀ ਸੋਲਵ ਕਰ ਲਿਓ ਠੀਕ ਹੈ ਜੀ ਵਟ ਇਜ਼ ਦਾ ਅਦਰ ਨੇਮ ਆਫ ਨਿਊਟਨਸ ਫਰਸਟ ਲਾ ਆਫ ਮੋਸ਼ਨ ਦੇਖੋ ਨਿਊਟਨ ਦਾ ਜੋ ਤਿੰਨ ਲਾ ਦਿੱਤੇ ਹੋਏ ਆ ਨਿਊਟਨ ਨੇ ਫਰਸਟ ਸੈਕਿੰਡ ਥਰਡ ਜਿਸ ਦੇ ਵਿੱਚ ਅਲੱਗ ਅਲੱਗ ਗੱਲ ਕੀਤੀ ਹੋਈ ਹੈ ਫੋਰਸ ਦੇ ਬਾਰੇ ਗੱਲ ਕੀਤੀ ਹੋਈ ਹੈ ਐਕਸਲੇਸ਼ਨ ਦੇ ਬਾਰੇ ਗੱਲ ਕੀਤੀ ਹੋਈ ਹੈ ਰਿਐਕਸ਼ਨ ਦੀ ਗੱਲ ਕੀਤੀ ਗਈ ਹੈ ਠੀਕ ਹੈ ਆਪਾਂ ਨੂੰ ਤਿੰਨੇ ਲਾ ਪਤਾ ਹੈ ਤਾਂ ਉਹਨਾਂ ਨੇ ਕੀ ਪੁੱਛਿਆ ਅਦਰ ਨੇਮ ਨਿਊਟਨ ਦੇ ਜੋ ਫਰਸਟ ਲਾ ਹੈ ਉਸ ਦਾ ਦੂਸਰਾ ਨੇਮ ਕੀ ਹੈ ਐਕਸ਼ਨ ਐਂਡ ਰਿਐਕਸ਼ਨ ਨਹੀਂ ਐਕਸ਼ਨ ਐਂਡ ਰਿਐਕਸ਼ਨ ਨਿਊਟਨਸ 3rd ਲਾ ਦਾ ਜੋ ਨੇਮ ਹੈ ਕਲੀਅਰ ਧਿਆਨ ਚ ਰੱਖਿਓ ਚੇਂਜ ਇਨ ਮੋਮੈਂਟਮ ਮੋਮੈਂਟਮ ਦੇ ਵਿੱਚ ਚੇਂਜ ਹੋਣਾ ਲਾਅ ਆਫ ਇਨ ਰਸ਼ੀਆ ਯਾ ਕਨਸਟੈਂਟ ਮੋਮੈਂਟਮ ਮੋਮੈਂਟਮ ਕੀ ਹੁੰਦਾ ਹੈ ਮੋਮੈਂਟਮ ਨੂੰ ਪੀ ਨਾਲ ਲਿਖ ਦਿੰਨੇ ਆ ਯਾ ਰੋ ਲਿਖ ਦਿੰਨੇ ਆ ਐਮ ਵੀ ਦੇ ਇਕੁਅਲ ਹੁੰਦਾ ਜਿਦੇ ਵਿੱਚ ਮਾਸ ਐਂਡ ਵੈਲੋਸਟੀ ਦੇ ਪ੍ਰੋਡਕਟ ਦੇ ਇਕੁਅਲ ਹੁੰਦੀ ਹੈ ਆਪਣੀ ਮੋਮੈਂਟਮ ਕਲੀਅਰ ਤਾਂ ਮੋਮੈਂਟਮ ਦੀ ਵੀ ਨਹੀਂ ਗੱਲ ਕੀਤੀ ਗਈ ਸੀ ਤਾਂ ਕਿਸ ਚੀਜ਼ ਦੇ ਬਾਰੇ ਗੱਲ ਕੀਤੀ ਗਈ ਹੈ ਨਿਊਟਨ ਨੇ ਆਪਣੇ ਫਸਲਾ ਦੇ ਵਿੱਚ ਲਾ ਆਫ ਇਨ ਰਸ਼ੀਆ ਦੀ ਗੱਲ ਕੀਤੀ ਗਈ ਹੈ ਕਿਸ ਦੀ ਗੱਲ ਕੀਤੀ ਗਈ ਹੈ ਲਾ ਆਫ ਇਨ ਰਸ਼ੀਆ ਦੀ ਤਾਂ ਇਸ ਕੁਸ਼ਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਣੇ ਕੋਲ অপشن ਸੀ ਹੋ ਗਿਆ ਕੀ ਕਿਹਾ ਗਿਆ ਸੀਗਾ ਕਿ ਜੋ ਆਪਣੇ ਕੋਲ ਕੀ ਹੁੰਦੀ ਹੈ ਕੋਈ ਵੀ ਬੋਡੀ ਹੈ ਉਹ ਆਪਣੀ ਪੋਜੀਸ਼ਨ ਤੇ ਉਸ ਤਰੀਕੇ ਨਾਲ ਹੀ ਰਹੇਗੀ ਜਿੰਨੇ ਤੱਕ ਆਪਾਂ ਉਸ ਦੇ ਉੱਪਰ ਐਕਸਟਰਨਲ ਫੋਰਸ ਅਪਲਾਈ ਨਹੀਂ ਕਰ ਦਿੰਦੇ ਅਗਰ ਉਹ ਰੈਸਟ ਤੇ ਆ ਤਾਂ ਰੈਸਟ ਤੇ ਰਹੇਗੀ ਬੋਡੀ ਅਗਰ ਉਹ ਮੋਸ਼ਨ ਦੇ ਵਿੱਚ ਹੈ ਤਾਂ ਬੋਡੀ ਮੋਸ਼ਨ ਦੇ ਵਿੱਚ ਰਹੇਗੀ ਤਾਂ ਇਸ ਲਈ ਜੋ ਨਿਊਟਨਸ ਫਰਸਟ ਲਾਅ ਹੈ ਉਸ ਨੂੰ ਆਪਾਂ ਕੀ ਕਿਹਾ ਜਾਂਦਾ ਲਾਅ ਆਫ ਇਨਰਸ਼ੀਆ ਕਿਹਾ ਜਾਂਦਾ ਉਸ ਦਾ ਦੂਸਰਾ ਨੇਮ ਹੈ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ অপਸ਼ਨ ਸੀ ਹੋ ਗਿਆ ਨੈਕਸਟ ਆਪਾਂ ਗੱਲ ਕਰਾਂਗੇ 6th ਕੁਐਸਚਨ ਦੀ ਹਾਊ ਮੈਨੀ ਕਾਰਬਨ ਐਟਮਸ ਆਰ ਪ੍ਰੈਜ਼ੈਂਟ ਇਨ ਹੈਪਟੇਨ ਹੈਪਟੇਨ ਦੇ ਵਿੱਚ ਕਿੰਨੇ ਕਾਰਬਨ ਐਟਮਸ ਪ੍ਰੈਜ਼ੈਂਟ ਹੁੰਦੇ ਆ ਦੇਖੋ ਹੁਣ ਕਾਰਬਨ ਚੇਨਸ ਬਾਰੇ ਤੁਹਾਨੂੰ ਪਤਾ ਹੈ ਕਾਰਬਨ ਚੇਨ ਦੇ ਅਲੱਗ-ਅਲੱਗ ਨੇਮ ਹੁੰਦੇ ਆ ਈਨ ਦਾ ਮਤਲਬ ਕੀ ਹੁੰਦਾ ਸਿੰਗਲ ਬੌਂਡ ਈਨ ਦਾ ਮਤਲਬ ਆਪਾਂ ਕਿਸ ਨੂੰ ਲੈ ਕੇ ਚੱਲਦੇ ਆ ਸਿੰਗਲ ਬੌਂਡ ਨੂੰ ਲੈ ਕੇ ਚੱਲਦੇ ਆ ਈਨ ਦਾ ਮਤਲਬ ਕੀ ਹੁੰਦਾ ਡਬਲ ਬੌਂਡ ਕਲੀਅਰ ਈਨ ਅਗਰ ਆਪਾਂ ਗੱਲ ਕਰੀਏ ਉਸ ਦਾ ਮਤਲਬ ਹੁੰਦਾ ਡਬਲ ਬੌਂਡ ਇਸ ਤਰੀਕੇ ਨਾਲ ਲਿਖਦੇ ਆ ਹੈਪਟੀਨ ਈ ਠੀਕ ਹੈ ਆਇਨ ਦਾ ਮਤਲਬ ਹੁੰਦਾ ਟ੍ਰਿਪਲ ਬੌਂਡ ਇੱਥੇ ਈਨ ਕਿਤੇ ਗਲਤ ਤਾਂ ਇਹਦਾ ਮਤਲਬ ਸਿੰਗਲ ਬੌਂਡ ਹੈਪਟ ਦਾ ਮਤਲਬ ਕੀ ਹੁੰਦਾ 7 ਤਾਂ ਇਹਦੇ ਮਤਲਬ ਹੈਪਟੀਨ ਦੇ ਵਿੱਚ ਕਿੰਨੇ ਕਾਰਬਨ ਪ੍ਰੈਜ਼ੈਂਟ ਹੁੰਦੇ ਆ 7 ਕਾਰਬਨ ਪ੍ਰੈਜ਼ੈਂਟ ਹੁੰਦੇ ਆ ਮੀਨਸ ਅਗਰ ਮੈਂ ਫਾਰਮੂਲਾ ਦੀ ਗੱਲ ਕਰਾਂ ਤੱਕੀ ਬਣ ਜਾਂਦਾ C7 H16 ਬਣ ਜਾਂਦਾ ਉਸ ਨੂੰ ਆਪਾਂ ਕੀ ਬੋਲ ਦਿੰਨੇ ਆ ਹੈਪਟੀਨ ਬੋਲ ਦਿੰਨੇ ਆ ਜੋ ਕਿ ਹੈ ਇੱਕ ਸਟ੍ਰੇਟ ਚੇਨ ਹੁੰਦੀ ਹੈ ਹੈਪਟੀਨ ਸਟ੍ਰੇਟ ਚੇਨ ਹੁੰਦੀ ਹੈ ਕਿਉਂਕਿ ਸਿੰਗਲ ਬੋਨ ਪ੍ਰੈਜ਼ੈਂਟ ਹੈ ਸਿੰਗਲ ਬੋਨ ਪ੍ਰੈਜ਼ੈਂਟ ਹੈ ਦਾ ਮਤਲਬ ਕੀ ਹੈ ਆਪਣੇ ਕੋਲ ਸਟ੍ਰੇਟ ਚੇਨ ਬਣੂਗੀ ਜਿਸ ਦੇ ਵਿੱਚ ਕਿੰਨੇ ਕਾਰਬਨ ਪ੍ਰੈਜ਼ੈਂਟ ਨੇ ਆਪਣੇ ਕੋਲ सैवन कार्बन की ने प्रेजेंट ने बना के देख लें इस दक्चर वन टू थ्री फोर फाइव सिक्स एंड सैवन ठीक है जी हूँ इन्हों की लगा दूंगे दोगे हाइड्रोजन काउंट कर लें वन टू थ्री फोर फाइव सिक्स सैवन एट नाइन टेन इलेवन ट्वेल्व थर्टीन फोरटीन फिफ्टीन एंड सिक्सटीन इतने हाइड्रोजन ਮੈਂਸ਼ਨ ਕਰ ਸਕਦੇ ਹਾਂ ਕਲੀਅਰ ਤਾਂ ਇਸ ਦਾ ਮਤਲਬ ਹੈਪਟੇਨ ਦੇ ਵਿੱਚ C7H16 ਕੀ ਹੋ ਗਿਆ ਫਾਰਮੂਲਾ ਹੋ ਗਿਆ ਹੈਪਟੇਨ ਦਾ ਜੋ ਕਿ ਬੰਦੀ ਆਪਣੇ ਕੋਲ ਇੱਕ ਸਟ੍ਰੇਟ ਚੇਨ ਬਣਦੀ ਹੈ ਤੁਸੀਂ ਸਾਰੇ ਤੇ ਲਿਖ ਸਕਦੇ ਹੋ ਹਾਈਡਰੋਜਨ ਕਲੀਅਰ ਹੈ ਜੀ ਸਮਝ ਆਇਆ ਤਾਂ ਇਸ ਤਰੀਕੇ ਨਾਲ ਤੁਹਾਨੂੰ ਇਹ ਸਾਰਾ ਕੁਝ ਕੀ ਹੈ ਕਲੀਅਰ ਹੋਣਾ ਚਾਹੀਦਾ 6th ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਣੇ ਕੋਲ অপਸ਼ਨ B ਹੋ ਗਿਆ ਹੈਪਟ ਦਾ ਮਤਲਬ ਵੈਸੇ ਵੀ 7 ਹੁੰਦਾ ਉਸ ਤਰੀਕੇ ਨਾਲ ਵੀ ਯਾਦ ਕਰ ਸਕਦੇ ਹੋ ਨੈਕਸਟ ਆਪਾਂ ਗੱਲ ਕਰਾਂਗੇ 8th ਕੁਐਸਚਨ ਦੇ ਆਈ ਥਿੰਕ ਆਪਾਂ ਵਿਚ ਆਫ ਦਾ ਫੋਲੋਇੰਗ ਕੁਆਂਟੀਟੀ ਇਨਕਰੀਜ਼ ਇਨ ਅ ਗਰਪ ਵੈਨ ਵੀ ਮੂਵ ਫਰਮ ਟੌਪ ਟੂ ਬੋਟਮ ਜਦੋਂ ਕਹਿੰਦੇ ਆਪਾਂ ਹਾਂਜੀ ਦੇਖੋ ਕਹਿੰਦੇ ਕਿਹੜੀ ਕੁਆਂਟੀਟੀ ਇਨਕਰੀਜ਼ ਹੁੰਦੀ ਹੈ ਜਦੋਂ ਆਪਾਂ ਟੌਪ ਟੂ ਬੋਟਮ ਆਨੇ ਆ ਮੂਵ ਕਰਦੇ ਆ ਮਤਲਬ ਤਾਂ ਦੇਖੋ ਵੈਲੈਂਸੀ ਇਨਕਰੀਜ਼ ਹੁੰਦੀ ਹੈ ਇਲੈਕਟ੍ਰੋਨੇਗੇਟਿਵਿਟੀ ਐਟੋਮਿਕ ਸਾਈਜ਼ ਆਇੋਨਾਈਜੇਸ਼ਨ એનર્ਜੀ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਜਦੋਂ ਆਪਾਂ ਟੌਪ ਟੂ ਬੋਟਮ ਮੂਵ ਕਰਦੇ ਆ ਠੀਕ ਹੈ ਉੱਪਰ ਦੇ نیچے ਵੱਲ ਤਾਂ ਆਪਣੇ ਕੋਲ ਕੀ ਚੀਜ਼ ਇਨਕਰੀਜ਼ ਹੁੰਦੀ ਹੈ ਐਟੋਮਿਕ ਸਾਈਜ਼ ਕੀ ਹੋ ਜਾਂਦਾ ਹੈ ਇਨਕਰੀਜ਼ ਹੁੰਦਾ ਹੈ ਹੁਣ ਇਹਦੇ ਲਈ ਤੁਹਾਨੂੰ ਪੀਰੀਆਡਿਕ ਟੇਬਲ ਆਣਾ ਚਾਹੀਦਾ ਹੈ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਨੰਬਰ ਆਫ ਸ਼ੈਲਜ਼ ਇਨਕਰੀਜ਼ ਹੋ ਜਾਂਦੇ ਆ ਨੰਬਰ ਆਫ ਸ਼ੈਲਜ਼ ਕੀ ਹੋ ਜਾਂਦੇ ਨੇ ਇਨਕਰੀਜ਼ ਹੋ ਜਾਂਦੇ ਆ ਜਦੋਂ ਨੰਬਰ ਆਫ ਸ਼ੈਲਜ਼ ਇਨਕਰੀਜ਼ ਹੋ ਜਾਂਦੇ ਆ ਇਹਦਾ ਮਤਲਬ ਕੀ ਹੈ ਜੋ ਐਟੋਮਿਕ ਸਾਈਜ਼ ਹੈ ਉਹ ਕੀ ਹੋ ਰਿਹਾ ਹੈ ਇਨਕਰੀਜ਼ ਹੋ ਰਿਹਾ ਹੈ ਕਿਸ ਤਰੀਕੇ ਨਾਲ ਐਗਜ਼ਾਮਪਲ ਨਾਲ ਸਮਝਦੇ ਆ ਪੀਰੀਆਡਿਕ ਟੇਬਲ ਦੀ ਤੁਸੀਂ ਕੋਈ ਵੀ ਮਤਲਬ ਇੱਕ ਆਪਾਂ ਗਰੁੱਪ ਲੈ ਸਕਦੇ ਆ ਠੀਕ ਹੈ ਜਿਸ ਤਰੀਕੇ ਮੰਨ ਲਓ 1 ਮਿੰਟ ਆਪਣੀ ਜੋ ਫਰਸਟ ਦੀ ਗੱਲ ਕਰੀਏ ਫਰਸਟ ਗਰੁੱਪ ਦੀ ਹਾਈਡਰੋਜਨ ਲੀਥੀਅਮ ਸੋਡੀਅਮ ਠੀਕ ਹੈ ਇਹਨਾਂ ਦੀ ਗੱਲ ਕਰਦੇ ਹਾਂ ਹਾਈਡਰੋਜਨ ਐਟੋਮਿਕ ਨੰਬਰ 1 ਲੀਥੀਅਮ ਐਟੋਮਿਕ ਨੰਬਰ 3 ਸੋਡੀਅਮ ਐਟੋਮਿਕ ਨੰਬਰ 11 ਹੁਣ ਦੇਖੋ ਇਸ ਦਾ ਮਤਲਬ ਇਸ ਦੇ ਵਿੱਚ ਕੀ ਹੈ ਇੱਕ ਸ਼ੈਲ ਸੀਗਾ ਅਗਰ ਮੈਂ ਗੱਲ ਕਰਾਂ ਲੀਥੀਅਮ ਦੇ ਵਿੱਚ वन टू किन्ने शैल हो गए थर्ड के लिए एक होर शैल हो गया थोड़ा जाडजस्ट करियो ठीक है राइटिंग समझ की कोशिश करियो सोडियम की गल करा इलेवन है तो फस्ट के अगर मैं गल करा कि इलैक्ट्रॉन आ जाएंगे टू नैक्सट शैल्स किन्ने इलेक्ट्रॉन आ जाएंगे अपने कोट तीन चार पे सत अठ ਨੈਕਸਟ 3rd ਸ਼ੈਲ ਦੇ ਵਿੱਚ ਕਿੰਨੇ ਆ ਗਏ ਆਪਣੇ ਕੋਲ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਆ ਗਿਆ ਕਲੀਅਰ 11 ਕੰਪਲੀਟ ਹੋ ਗਏ ਤਾਂ ਇਸ ਦਾ ਮਤਲਬ ਕੀ ਹੈ ਦੇਖੋ ਧਿਆਨ ਨਾਲ ਦੇਖੋ ਜੋ ਆਪਣੇ ਕੋਲ ਕੀ ਹੈ ਸ਼ੈਲਸ ਨੇ 1 ਸ਼ੈਲ ਹੈ ਇਹਦੇ ਵਿੱਚ 2 ਸ਼ੈਲਸ ਨੇ ਇਹਦੇ ਵਿੱਚ 3 ਸ਼ੈਲਸ ਨੇ ਸ਼ੈਲਸ ਕੀ ਹੋ ਰਹੇ ਨੇ ਇਨਕਰੀਸ ਜਦੋਂ ਆਪਣੇ ਕੋਲ ਸ਼ੈਲਸ ਇਨਕਰੀਸ ਹੋ ਰਹੇ ਨੇ ਇਸ ਦਾ ਮਤਲਬ ਆਪਣੇ ਕੋਲ ਸਾਈਜ਼ ਵੀ ਕੀ ਹੋ ਰਿਹਾ ਹੈ ਇਨਕਰੀਸ ਹੋ ਰਿਹਾ ਹੈ ਕਲੀਅਰ ਤਾਂ ਇਸ ਦਾ ਮਤਲਬ ਆਪਣੇ ਕੋਲ ਜਦੋਂ ਆਪਾਂ ਟਾਪ ਟੂ ਬਾਟਮ ਜਾਂਦੇ ਆ ਆਪਣੇ ਕੋਲ ਕੀ ਇਨਕਰੀਜ਼ ਹੁੰਦਾ ਹੈ اٹੋਮਿਕ ਸਾਈਜ਼ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਜਾਏਗਾ ਆਪਸ਼ਨ ਸੀ ਆ ਜਾਏਗਾ ਕਲੀਅਰ ਉਮੀਦ ਹੈ ਸਮਝ ਆ ਚੁੱਕੇ ਨੇਕਸਟ ਆਪਾਂ 9th ਕੁਐਸਚਨ ਕਰਦੇ ਹਾਂ 9th ਕੀ ਹੈ ਨੇਮ ਦਾ ਮੈਟਲ ਵਿਚ ਇਜ਼ ਮੋਸਟ ਡਕਟਾਈਲ ਕਹਿੰਦੇ ਇਹ ਕਿਹੜੀ ਮੈਟਲ ਹੈ ਜੋ ਸਭ ਤੋਂ ਜ਼ਿਆਦਾ ਡਕਟਾਈਲ ਹੈ ਹੁਣ ਦੇਖੋ ਡਕਟਾਈਲ ਕੀ ਹੁੰਦਾ ਮੈਟਲ ਦੀਆਂ ਕੁਝ ਪ੍ਰੋਪਰਟੀਆਂ ਕਰਵਾਈਆਂ ਸੀ ਮੈਂ ਤੁਹਾਨੂੰ ਕਿਸ ਦੇ ਵਿੱਚ ਜੋ ਆਪਣੇ ਕੋਲ ਮੈਟਲ ਐਂਡ ਨੋਨ ਮੈਟਲ ਚੈਪਟਰ ਕਰਵਾਇਆ ਸੀ ਮੈਂ ਉਸ ਦੇ ਵਿੱਚ ਇੱਕ ਪ੍ਰੋਪਰਟੀ ਕਰਵਾਈ ਸੀ ਡਕਟਾਈਲ ਜੀ ਇਸ ਦਾ ਮਤਲਬ ਕੀ ਹੁੰਦਾ ਜੋ ਮੈਟਲਸ ਐ ਇਹਨਾਂ ਨੂੰ ਕੀ ਐ ਆਪਾਂ ਵਾਇਰਸ ਦੇ ਵਿੱਚ ਕੀ ਕਰ ਸਕਦੇ ਆ ਕਨਵਰਟ ਕਰ ਸਕਦੇ ਆ ਕਿਸ ਦੇ ਵਿੱਚ ਕਨਵਰਟ ਕਰ ਸਕਦੇ ਆ ਵਾਇਰਸ ਦੇ ਵਿੱਚ ਤਾਰਾ ਬਣਾ ਸਕਦੇ ਆ ਠੀਕ ਹੈ ਤਾਂ ਦੇਖੋ ਅਗਰ ਆਪਾਂ ਗੱਲ ਕਰੀਏ ਆਪਣੀ ਆਪਸ਼ਨਸ ਦੀ 골ਡ সিলভার ਕਾਪਰ ਐਂਡ ਆਇਰਨ ਇਹਨਾਂ ਦੇ ਵਿੱਚੋਂ ਕਹਿੰਦੇ ਇਦਾਂ ਦੀ ਕਿਹੜੀ ਮੈਟਲ ਹੈ ਜਿਹਨੂੰ ਆਪਾਂ ਸਭ ਤੋਂ ਜਲਦੀ ਕਿਸ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਵਾਇਰਜ਼ ਦੇ ਵਿੱਚ ਕਨਵਰਟ ਕਰ ਸਕਦੇ ਜਿਹਦੀ ਸਭ ਤੋਂ ਜ਼ਿਆਦਾ ਡਕਟਿਲਿਟੀ ਦੀ ਪ੍ਰੋਪਰਟੀ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕਿਉਂਕਿ ਆਪਸ਼ਨ A 골ਡ 골ਡ ਇੱਕ ਇਦਾਂ ਦੀ ਮੈਟਲ ਹੈ ਜਿਸ ਦੀ ਮੋਸਟ ਡਕਟਾਈਲ ਨੇਚਰ ਹੈ ਠੀਕ ਹੈ ਜੀ ਡਕਟਿਲਿਟੀ ਸਭ ਤੋਂ ਜ਼ਿਆਦਾ ਕਿਸ ਦੀ ਹੈ 골ਡ ਦੀ ਹੈ ਇਹਨੂੰ ਆਪਾਂ ਈਜ਼ਲੀ ਥਿਨ ਵਾਇਰਜ਼ ਦੇ ਵਿੱਚ ਕੀ ਕਰ ਸਕਦੇ ਹਾਂ ਕਨਵਰਟ ਕਰ ਸਕਦੇ ਹਾਂ ਹੁਣ ਆਪਾਂ ਨੂੰ ਇਦਾਂ ਵੀ ਪਤਾ ਹੈ ਜੋ 골ਡ ਹੈ ਇਹ ਮੋਸਟ ਮੈਲੇਬਲ ਮੈਟਲ ਵੀ ਹੈ ਠੀਕ ਹੈ ਇਹ ਵੀ ਧਿਆਨ ਦੇ ਵਿੱਚ ਰੱਖਣਾ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ অপਸ਼ਨ A ਆ ਗਿਆ ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ ਹਾਂਜੀ ਨੈਕਸਟ ਦੇਖੋ 9th ਹੋ ਗਿਆ 10th ਕੁਐਸਚਨ ਦੀ ਗੱਲ ਕਰਦੇ ਹਾਂ ਨੇਮ ਦਾ ਨੋਨ ਮੈਟਲ ਵਿਚ ਹੈਵ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਆਪਾਂ ਇੱਕ ਨੋਨ ਮੈਟਲ ਦੱਸਣੀ ਹੈ जिसਦੇ ਸਭ ਤੋਂ ਜ਼ਿਆਦਾ ਮੈਲਟਿੰਗ ਪੁਆਇੰਟ ਵੀ ਹੈ ਤੇ ਬੋਇਲਿੰਗ ਪੁਆਇੰਟ ਵੀ ਹੈ ਦੇਖੋ ਹੁਣ ਮੈਟਲ ਤੇ ਨੋਨ ਮੈਟਲ ਦੇ ਤੁਹਾਨੂੰ ਪ੍ਰੋਪਰਟੀਆਂ ਆਣੀਆਂ ਚਾਹੀਦੀਆਂ ਕਿਉਂਕਿ ਦੋ ਕੁਐਸ਼ਨਸ ਤਾਂ ਇੱਥੇ ਵੀ ਬਣਨਗੇ ਹਨਾ ਤਾਂ ਤੁਹਾਡੇ ਕੋਲ ਉਸ ਦੇ ਵਿੱਚ ਵੀ ਬਣ ਸਕਦੇ ਨੇ ਏਗਜ਼ਾਮ ਦੇ ਵਿੱਚ ਵੀ ਬਣ ਸਕਦੇ ਆ ਤਾਂ ਤੁਹਾਨੂੰ ਹਰ ਚੈਪਟਰ ਨੂੰ ਮਤਲਬ ਡਿਟੇਲ ਦੇ ਵਿੱਚ ਕਰਕੇ ਜਾਣਾ ਹੈ ਤਾਂ ਕਿ ਕੋਈ ਵੀ ਤੁਹਾਡਾ ਕੁਐਸ਼ਨ ਕੀ ਹੋਵੇ ਰਵੇ ਨਾ ਮਤਲਬ ਕੋਈ ਵੀ ਕੁਐਸ਼ਨ ਇਦਾਂ ਦਾ ਨਾ ਹੋਵੇ ਜੋ ਤੁਹਾਨੂੰ ਨਾ ਆਉਂਦਾ ਹੋਵੇ ਠੀਕ ਹੈ ਜੀ ਹੁਣ ਇਹਦੇ ਲਈ ਤੁਹਾਨੂੰ ਕੀ ਹੈ ਕੀ ਪਤਾ ਹੋਣਾ ਚਾਹੀਦਾ ਨੋਨ ਮੈਟਲਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਕੀ ਪ੍ਰੋਪਰਟੀ ਹੈ ਨੋਨ ਡਕਟਾਈਲ ਹੁੰਦੀਆਂ ਨੇ ਮੈਲੇਬਲ ਵੀ ਨਹੀਂ ਹੁੰਦੀਆਂ ਲਸਟਰਸ ਵੀ ਨਹੀਂ ਹੁੰਦੀਆਂ ਸਨੋਰਸ ਵੀ ਨਹੀਂ ਹੁੰਦੀਆਂ ਨੋਨ ਮੈਟਲ ਕਲੀਅਰ ਤਾਂ অপਸ਼ਨਸ ਦੇਖੋ ਕੀ ਹੈ ਗੈਲੀਅਮ ਡਾਇਮੰਡ ਸੀਜ਼ੀਅਮ ਲੈਡ ਇਹਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਜੋ ਆਪਣੇ ਕੋਲ ਡਾਇਮੰਡ ਹੈ ਜੋ ਕੀ ਹੈ ਆਪਣੇ ਕੋਲ ਇੱਕ ਐਲੋਟਰੋਪ ਹੈ ਐਲੋਟਰੋਪ ਹੈ ਕਿਸ ਦਾ ਕਾਰਬਨ ਦਾ ਕਿਸ ਦਾ ਐਲੋਟਰੋਪ ਹੈ ਕਾਰਬਨ ਦਾ ਐਲੋਟਰੋਪ ਹੈ ਜਿਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਕਾਰਬਨ ਦੇ ਤਿੰਨ ਐਲੋਟਰੋਪਸ ਹੁੰਦੇ ਆ ਤਾਂ ਡਾਇਮੰਡ ਵੀ ਆ ਜੀ ਦਾ ਸਭ ਤੋਂ ਜ਼ਿਆਦਾ ਕੀ ਹੁੰਦਾ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਹੁੰਦਾ ਹੈ ਕਲੀਅਰ ਇਹ ਇੱਕ ਨੋਨ ਮੈਟਲ ਹੈ ਧਿਆਨ ਚ ਰੱਖਿਓ ਇਹ ਇੱਕ ਨੋਨ ਮੈਟਲ ਹੈ ਕਾਰਬਨ ਵੀ ਨੋਨ ਮੈਟਲ ਹੈ ਨਾ ਤਾਂ ਇਹ ਉਸ ਦਾ ਹੀ ਐਲੋਟਰੋਪ ਹੈ ਜੋ ਕਿ ਆਪਣੇ ਕੋਲ ਨੋਨ ਮੈਟਲ ਹੈ ਕਲੀਅਰ ਤਾਂ ਅਗਰ ਤੁਹਾਨੂੰ ਮੰਨ ਲਓ ਡਾਇਮੰਡ ਨਹੀਂ ਦਿੱਤਾ ਹੋਇਆ ਕਾਰਬਨ ਦਿੱਤਾ ਆ ਜਾਂਦਾ ਹੈ ਤੁਸੀਂ ਕਾਰਬਨ ਵੀ ਟਿੱਕ ਕਰ ਸਕਦੇ ਹੋ ਕਿ ਕਾਰਬਨ ਵੀ ਇੱਕ ਨੋਨ ਮੈਟਲ ਹੈ ਜਿਸ ਦਾ ਹਾਈ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਹੁੰਦਾ ਹੈ ਕਲੀਅਰ ਕਨਫਿਊਜ਼ ਨਹੀਂ ਹੋਣਾ ਤੁਹਾਨੂੰ ਕਾਰਬਨ ਵੀ ਦਿੱਤਾ ਹੋ ਸਕਦਾ ਹੈ ਐਂਡ ਤੁਹਾਨੂੰ ਕੀ ਹੈ ਡਾਇਮੰਡ ਵੀ ਦਿੱਤਾ ਹੋ ਸਕਦਾ ਤਾਂ ਧਿਆਨ ਨਾਲ অপਸ਼ਨ ਚੂਜ਼ ਕਰਿਓ ਕਿਉਂ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਕੋਵਲੈਂਟ ਸਟਰਕਚਰਜ਼ ਹੁੰਦੀਆਂ ਨੇ ਕੋਵਲੈਂਟ ਬੌਂਡਿੰਗ ਪਤਾ ਹੈ ਨਾ ਆਪਾਂ ਨੂੰ ਕੋਵਲੈਂਟ ਸਟਰਕਚਰਜ਼ ਹੁੰਦੀਆਂ ਨੇ ਇਹ ਸ਼ੇਅਰਿੰਗ ਕਰ ਲੈਂਦੇ ਆਪਣੇ ਇਲੈਕਟ੍ਰੋਨਸ ਨੂੰ ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ ਆਪਣੇ ਕੋਲ অপਸ਼ਨ ਬੀ ਆਊਗਾ ਡਾਇਮੰਡ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ 11th ਕੁਐਸਚਨ ਦੀ 11th ਕੁਐਸਚਨ ਕੀ ਹੈ ਵਾਟ ਇਜ਼ ਦਾ ਐਸ ਆਈ ਯੂਨਿਟ ਆਫ ਕਰੰਟ ਕਰੰਟ ਦੀ ਐਸ ਆਈ ਯੂਨਿਟ ਕੀ ਹੈ ਹੁਣ ਤੁਹਾਨੂੰ ਐਸ ਆਈ ਯੂਨਿਟਸ ਵੀ ਆਣੀਆਂ ਚਾਹੀਦੀਆਂ ਨੇ ਕਿਉਂਕਿ ਕਈ ਵਾਰ ਆਪਾਂ ਨੂੰ ਐਸ ਆਈ ਯੂਨਿਟਸ ਇੱਕ ਅੱਧੀ ਦਾ ਪੱਕਾ ਆ ਜਾਂਦੀ ਹੈ ਐਗਜ਼ਾਮ ਦੇ ਵਿੱਚ ਕਲੀਅਰ অপਸ਼ਨਸ ਕੀ ਹੈ ਕੋਲਮ ਐਂਪੀਅਰ ਓਮ ਵੋਲਟ ਤਾਂ ਆਪਾਂ ਨੂੰ ਪਤਾ ਹੈ ਐਂਪੀਅਰ ਕੀ ਹੈ ਰਾਈਟ ਆਨਸਰ ਆਪਸ਼ਨ ਬੀ ਆ ਗਿਆ ਐਸ ਆਈ ਯੂਨਿਟ ਆਫ ਕਰੰਟ ਕੀ ਹੈ ਆਪਣੇ ਕੋਲ ਐਂਪੀਅਰ 1 ਐਂਪੀਅਰ ਕਿਸ ਦੇ ਇਕੁਅਲ ਹੁੰਦਾ ਕਿ ਕਿੰਨੇ ਅਮਾਉਂਟ ਆਫ ਕਰੰਟ ਆਪਣੇ ਕੋਲ ਫਲੋ ਕਰ ਰਿਹਾ ਆਈ ਦਾ ਮਤਲਬ ਕੀ ਹੁੰਦਾ ਕਰੰਟ ਕਿੰਨੇ ਅਮਾਉਂਟ ਆਫ ਕਰੰਟ ਆਪਣੇ ਕੋਲ ਫਲੋ ਕਰ ਰਿਹਾ ਇੱਕ ਯੂਨਿਟ ਲੈਂਥ ਵਾਇਰ ਦੇ ਵਿੱਚ ਠੀਕ ਹੈ 1 ਯੂਨਿਟ ਲੈਂਥ ਵਾਇਰ ਦੇ ਵਿੱਚ ਕਿੰਨਾ ਕਰੰਟ ਕੀ ਕਰ ਰਿਹਾ ਆਪਣੇ ਕੋਲ ਫਲੋ ਕਰ ਰਿਹਾ ਉਸ ਨੂੰ ਆਪਾਂ ਕੀ ਕਹਿ ਦਿੰਨੇ ਹ 1 ਐਂਪੀਅਰ ਕਹਿ ਦਿੰਨੇ ਆ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ অপਸ਼ਨ ਬੀ ਆ ਗਿਆ ਨੈਕਸਟ ਆਪਾਂ ਗੱਲ ਕਰਾਂਗੇ 12th ਕੁਐਸਚਨ ਦੀ ਨੇਮ ਦਾ ਪਾਰਟ ਆਫ ਦਾ ਬੋਡੀ ਔਨ ਵਿਚ ਕਰੋਨਾ ਵਾਇਰਸ ਅਫੈਕਟਸ ਦਾ ਮੋਸਟ ਦੇਖੋ ਕੋਵਿਡ ਹੁਨੇ ਹੋ ਕੇ ਗਿਆ ਮਤਲਬ ਲਾਸਟ 2 ইয়ারਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ 19 ਦੇ ਵਿਚਾਰੇ ਸੀ ਹਨਾ ਤਾਂ ਕੁਐਸਚਨਸ ਬਣ ਜਾਂਦੇ ਆ ਤਾਂ ਨੋਰਮਲ ਜੇ ਕੁਐਸਚਨ ਹੈ ਆਈ ਥਿੰਕ ਲਾਸਟ ਟੈਟ ਜੋ ਹੋਇਆ ਸੀ ਉਸ ਦੇ ਵਿੱਚ ਵੀ ਇਦਾਂ ਦੇ ਕੁਐਸਚਨਸ ਬਨੇ ਆ ਤਾਂ ਧਿਆਨ ਰੱਖਿਓ ਕਹਿੰਦੇ ਆਪਣੇ ਕਿਹੜੇ ਬੋਡੀ ਪਾਰਟ ਨੂੰ ਇਫੈਕਟ ਕਰਦੇ ਆ ਹਾਰਟ ਲੀਵਰ ਕਿਡਨੀ ਲੰਗਸ ਤਾਂ ਆਪਾਂ ਨੂੰ ਪਤਾ ਹੀ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ অপਸ਼ਨ ਡੀ ਲੰਸ ਨੂੰ ਅਫੈਕਟ ਕਰਦੇ ਮਤਲਬ ਆਪਾਂ ਨੂੰ ਕਿਸ ਚੀਜ਼ ਚ ਡਿਫਿਕਲਟੀ ਆਉਂਦੀ ਹੈ ਬਰੀਥਿੰਗ ਦੇ ਵਿੱਚ ਸਾਹ ਲੈਣ ਦੇ ਵਿੱਚ ਕੀ ਹੈ ਪ੍ਰੋਬਲਮ ਆ ਜਾਂਦੀ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ অপਸ਼ਨ ਡੀ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ 13th ਕੁਐਸਚਨ ਦੀ 13th ਕੁਐਸਚਨ ਕੀ ਹੈ ਵਾਟ ਇਜ਼ ਦਾ SI ਯੂਨਿਟ ਆਫ ਪੋਟੈਂਸ਼ੀਅਲ ਡਿਫਰੈਂਸ ਕਹਿੰਦੇ ਪੋਟੈਂਸ਼ੀਅਲ ਡਿਫਰੈਂਸ ਦੀ SI ਯੂਨਿਟ ਕੀ ਹੈ ਆਪਣੇ ਕੋਲ ਦੇਖੋ ਹੁਣ ਤੁਹਾਨੂੰ एसआई यूनिट में पहला भी क्या पता होनी चाहिए दिया ने तो सिंपल सी गल है ऑप्शंस देख लो एंपियर ਤਾਂ ਕੱਟ ਹੋ ਗਿਆ ਕਿਉਂਕਿ ਕਿਸ ਦੀ ਹੁੰਦੀ ਹੈ एंपियर ਹੁਣੇ ਦੱਸਿਆ ਸੀਗਾ ਮੈਂ ਕਰੰਟ ਦੀ ਠੀਕ ਹੈ ਤਾਂ ਆਪਾਂ ਨੂੰ ਕਿਸ ਦੀ ਪੁੱਛੀ ਗਈ ਹੈ ਪੋਟੈਂਸ਼ੀਅਲ ਡਿਫਰੈਂਸ ਦੀ ਤਾਂ ਉਸ ਉਸ ਦੀ ਕੀ ਆਊਗੀ ਰਾਈਟ ਆਨਸਰ ਵੋਲਟ ਆਊਗੀ অপਸ਼ਨ A ਕੀ ਹੋ ਗਿਆ ਰਾਈਟ ਹੋ ਗਿਆ एसआई यूनिट ਪੋਟੈਂਸ਼ੀਅਲ ਡਿਫਰੈਂਸ ਦੀ ਕੀ ਹੁੰਦੀ ਹੈ ਆਪਣੇ ਕੋਲ ਵੋਲਟ ਹੁੰਦੀ ਹੈ ਹੁਣ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ 1 ਵੋਲਟ ਕਿਸ ਦੇ ਇਕੁਅਲ ਹੁੰਦਾ ਅਗਰ ਪੁੱਛ ਲੈ 1 ਵੋਲਟ ਕਿਸ ਦੇ ਇਕੁਅਲ ਹੁੰਦਾ 1 ਜੂਲ 1 ਕੋਲਮ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਆ ਨਾ ਠੀਕ ਹੈ ਮੈਂ ਤੁਹਾਨੂੰ ਇੱਕ ਜਸਟ ਦੱਸ ਦਾਂ ਕਿ ਇਸ ਦਾ ਫਾਰਮੂਲਾ ਕਿੱਦਾਂ ਬਣਦਾ ਹੈ ਕਲੀਅਰ ਇਸ ਤਰੀਕੇ ਨਾਲ ਇਹਨੂੰ ਆਪਾਂ ਕਹਿੰਨੇ ਕੀ ਆ ਮਤਲਬ ਇਸ ਦੇ ਇਕੁਅਲ ਹੁੰਦਾ 1 ਵੋਲਟ ਇਸ ਦੇ ਇਕੁਅਲ ਹੁੰਦਾ ਠੀਕ ਹੈ ਜੀ ਕਲੀਅਰ ਹੋਇਆ ਨੈਕਸਟ ਆਪਾਂ ਕਰਨ ਕਰਦੇ ਆ ਨੈਕਸਟ ਕੁਐਸਚਨ ਦੀ 14th ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਡਿਸੀਜ਼ਸ ਕੌਜ਼ਡ ਬਾਈ ਡੌਗ ਬਾਈਟਸ ਜਦੋਂ ਕਹਿੰਦੇ ਡੌਗ ਬਾਈਟ ਕਰ ਲੈਂਦੇ ਤਾਂ ਕਿਸ ਕਿਹੜੀ ਡਿਸੀਜ਼ ਹੁੰਦੀ ਹੈ ਮਤਲਬ ਨੇਮ ਦੇਖ ਲਓ ਸਕਰਵੀ ਮੈਡਨੈਸ ਰੈਬੀਜ਼ ਕਲਰ ਬਲਾਈਂਡਨੈਸ ਤਾਂ ਵੈਸੇ ਤਾਂ ਇਹ ਸਿੰਪਲ ਹੀ ਤੁਹਾਨੂੰ ਆਂਦੀ ਹੋਣੀ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਆਪਸ਼ਨ ਸੀ ਰੈਬੀਜ਼ ਹੋ ਜਾਂਦੀ ਹੈ ਇੱਕ ਡਿਸੀਜ਼ ਹੈ ਜਦੋਂ ਡੌਗ ਬਾਈਟ ਕਰ ਲੈਂਦੇ ਫਿਰ ਆਪਾਂ ਨੂੰ ਹੋ ਜਾਂਦੀ ਹੈ ਕਲੀਅਰ ਤਾਂ ਇਹਦੇ ਨਾਲ ਕੀ ਹੁੰਦਾ ਉਹ ਜੋ ਪਰਸਨ ਹੈ ਜਿਸਨੇ ਡੌਗ ਨੂੰ ਬਾਈਟ ਕੀਤਾ ਉਹਦੀ ਐਬਿਲਿਟੀ ਖਤਮ ਹੋ ਜਾਂਦੀ ਹੈ ਸੋਚਣ ਦੀ ਐਬਿਲਿਟੀ ਕੀ ਹੋ ਜਾਂਦੀ ਹੈ ਸੋਚਣ ਸਮਝਣ ਦੀ ਸ਼ਮਤਾ ਖਤਮ ਹੋ ਜਾਂਦੀ ਹੈ ਟੂ ਥਿੰਕ ਐਬਿਲਿਟੀ ਟੂ ਥਿੰਕ ਐਂਡ ਅੰਡਰਸਟੈਂਡ ਠੀਕ ਹੈ ਉਹ ਆਪਣੀ ਸ਼ਮਤਾ ਖੋ ਦਿੰਦਾ ਕਿਸੇ ਚੀਜ਼ ਨੂੰ ਵੀ ਸੋਚਣ ਸਮਝਣ ਦੀ ਈ ਨਾਮ ਕੀ ਹੈ ਡਿਸੀਜ਼ ਇਸ ਦਾ ਰੇਬੀਸ ਦਾ ਇਸ ਕੁਐਸਚਨ ਦਾ ਰਾਈਟ ਅਨਸਰ ਕੀ ਆ ਗਿਆ ਆਪਣੇ ਕੋਲ অপਸ਼ਨ ਸੀ ਨੈਕਸਟ ਆਪਾਂ ਗੱਲ ਕਰਾਂਗੇ 15 15th ਕੁਐਸਚਨ ਦੀ ਵਿਚ ਡਿਵਾਈਸ ਇਸ ਯੂਜ਼ਡ ਫॉर ਮੈਰਿੰਗ 에ਅਰ ਪ੍ਰੈਸ਼ਰ 에ਅਰ ਪ੍ਰੈਸ਼ਰ ਨੂੰ ਮੈਰ ਕਰਨ ਦੇ ਲਈ ਆਪਾਂ ਕਿਸ ਦਾ ਕਿਸ ਡਿਵਾਈਸ ਦਾ ਯੂਜ਼ ਕਰਦੇ ਹਾਂ ਬਿਲਕੁਲ ਸਿੰਪਲ ਦਾ ਕੁਐਸਚਨ ਹੈ 9th 10th ਕਲਾਸ ਦੇ ਵਿੱਚ ਆ ਜਾਂਦਾ ਕਿਸ ਡਿਵਾਈਸ ਨੂੰ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਨੇ ਕੀ ਹੈ 에ਅਰ ਪ੍ਰੈਸ਼ਰ ਨੂੰ ਕੀ ਕਰਨਾ ਹੁੰਦਾ ਮੈਰ ਕਰਨਾ ਹੁੰਦਾ ਦੇਖੋ ਅਗਰ ਮੈਂ ਗੱਲ ਕਰਾਂ অপশনস ডি কি ਹੈ ਆਪਣੇ ਕੋਲ ਐਮਮੀਟਰ वोल्टਮੀਟਰ ਸਿਸਮੋਗ੍ਰਾਫ ਜਾਂ ਬੈਰੋਮੀਟਰ ਤਾਂ ਰਾਈਟ ਆਨਸਰ ਕੀ ਆਪਸ਼ਨ ਡੀ ਬੈਰੋਮੀਟਰ ਬੈਰੋਮੀਟਰ ਕੀ ਹੈ ਆਪਣੇ ਕੋਲ ਇੱਕ ਸਾਇੰਟੀਫਿਕ ਇਨਸਟਰੂਮੈਂਟ ਹੈ ਜਿਸ ਦੇ ਵਿੱਚ ਆਪਾਂ ਐਟੋਮਿਕ ਪ੍ਰੈਸ਼ਰ ਜਾਂ 에ਅਰ ਪ੍ਰੈਸ਼ਰ ਨੂੰ ਮੇਅਰ ਕਰਦੇ ਹਾਂ ਜਿਸ ਨੂੰ ਬੈਰੋਮੈਟ੍ਰਿਕ ਪ੍ਰੈਸ਼ਰ ਵੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਹੈ ਬੈਰੋ ਮੈਟ੍ਰਿਕ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਣੇ ਕੋਲ ਆਪਸ਼ਨ ਡੀ ਹੋ ਗਿਆ ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਾਂਗੇ 16th ਕੁਐਸਚਨ ਦੀ 16th ਕੁਐਸਚਨ ਦੇਖੋ ਹਾਂਜੀ 16th ਕੁਐਸਚਨ ਕੀ ਹੈ ਵਾਟ ਇਜ਼ ਦਾ ਐਸ ਆਈ ਯੂਨਿਟ ਆਫ ਰਿਜ਼ਿਸਟੈਂਸ ਦੇਖੋ ਆਪਣੇ ਕੋਲ ਮਤਲਬ ਜਿੰਨੇ ਆਪਾਂ ਕੁਐਸਚਨ ਕੀਤੇ ਆ ਉਹਦੇ ਵਿੱਚੋਂ 3rd ਕੁਐਸਚਨ ਹੈ ਜੋ ਐਸ ਆਈ ਯੂਨਿਟ ਤੇ ਬਣ ਰਿਹਾ ਤਾਂ ਇਹਦਾ ਮਤਲਬ ਐਸ ਆਈ ਯੂਨਿਟ ਤਾਂ ਮੋਸਟ ਇੰਪੋਰਟੈਂਟ ਨੇ ਤੁਹਾਡੇ ਲਈ ਕਰਕੇ ਹੀ ਜਾਣੀਆਂ ਨੇ ਤੁਸੀਂ ਛੋੜ ਕੇ ਨਹੀਂ ਜਾਣੀਆਂ ਤਾਂ ਐਸ ਆਈ ਯੂਨਿਟ ਅਗਰ ਮੈਂ ਰੈਜ਼ਿਸਟੈਂਸ ਦੀ ਗੱਲ ਕਰਾਂ ਤਾਂ ਉਹ ਕੀ ਹੁੰਦੀ ਆਪਣੇ ਕੋਲ ਓਮ ਦੇਖੋ ਵੋਲਟ ਕਿਸ ਦੀ ਸੀ ਪੋਟੈਂਸ਼ੀਅਲ ਡਿਫਰੈਂਸ ਦੀ ਕੱਟ ਹੋ ਗਿਆ ਐਂਪੀਅਰ ਕਿਸ ਦੀ ਆਪਣੇ ਕੋਲ ਕਰੰਟ ਦੀ ਕੱਟ ਹੋ ਗਿਆ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ 1 ਓਮ ਕਿਸ ਦੇ ਇਕੁਅਲ ਹੁੰਦੀ ਹੈ ਇੱਕ ਰੈਜ਼ਿਸਟੈਂਸ 1 ਓਮ ਕੀ ਰੈਜ਼ਿਸਟੈਂਸ ਦੀ ਯੂਨਿਟ ਹੈ ਜਿਸ ਦੇ ਵਿੱਚ 1 ਐਂਪੀਅਰ ਆਫ ਕਰੰਟ ਕੀ ਕਰਦਾ ਫਲੋ ਕਰਦਾ ਵਾਈਲ ਅ ਪੋਟੈਂਸ਼ੀਅਲ ਡਿਫਰੈਂਸ ਜਦੋਂ ਕਿੰਨਾ ਹੁੰਦਾ 1 ਵੋਲਟ ਹੁੰਦਾ ਹੈ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ ਓਮ ਆ ਗਿਆ ਠੀਕ ਹੈ ਕਲੀਅਰ ਓਮ ਦਾ ਸਿੰਬਲ ਕੀ ਹੁੰਦਾ ਇਸ ਰਿਕੇ ਨਾਲ ਸਿੰਬਲ ਹੁੰਦਾ ਓਮ ਦਾ ਇਹ ਧਿਆਨ ਦੇ ਵਿੱਚ ਰੱਖਿਓ ਕਲੀਅਰ ਨੈਕਸਟ ਆਪਾਂ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ 17 ਕੁਐਸਚਨ ਦੀ 17 ਕੁਐਸਚਨ ਫੇਰ ਦੇਖ ਲਓ ਐਸਆਈ ਯੂਨਿਟ ਐਸਆਈ ਯੂਨਿਟ ਆਫ ਫੋਰਸ ਫੋਰਸ ਦੀ ਐਸਆਈ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ ਨਿਊਟਨ ਐਨ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਫੋਰਸ ਦੀ ਐਸਆਈ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ ਨਿਊਟਨ ਹੁੰਦੀ ਹੈ ਕਲੀਅਰ ਧਿਆਨ ਚ ਰੱਖਿਓ ਐਸਆਈ ਯੂਨਿਟ ਤਾਂ ਦੇਖੋ ਤੁਹਾਨੂੰ ਸਭ ਦੀਆਂ ਯਾਦ ਹੋਣੀਆਂ ਚਾਹੀਦੀਆਂ ਨੇ ਮਤਲਬ ਰਿਸਕ ਨਹੀਂ ਤੁਸੀਂ ਲੈ ਸਕਦੇ ਤੁਹਾਨੂੰ ਕੁਝ ਵੀ ਪੁੱਛ ਸਕਦੇ ਨੇ ਕਿਸੇ ਦੀ ਵੀ ਐਸਆਈ ਯੂਨਿਟ ਆ ਸਕਦੀ ਹੈ ਤਾਂ ਐਸਆਈ ਯੂਨਿਟ ਪੀਸ ਧਿਆਨ ਨਾਲ ਕਰਕੇ ਚੱਲ ਜਿਓ ਮੈਂ ਤੁਹਾਨੂੰ ਕਰਵਾ ਵੀ ਦਿੰਨੀ ਆ ਕੁਝ ਕਰ ਲੈਨੇ ਆ ਜਿਵੇਂ ਅਗਰ ਆਪਾਂ ਗੱਲ ਕਰੀਏ 1 ਮਿੰਟ ਸਭ ਤੋਂ ਪਹਿਲਾਂ ਕੀ ਹੈ ਕਰੰਟ ਆਈ ਨਾਲ ਲਿਖਣੀ ਆ ਇਸ ਦੀ ਐਸ ਆਈ ਯੂਨਿਟ ਕੀ ਹੁੰਦੀ ਹੈ ਐਂਪੀਅਰ ਜਿਸ ਨੂੰ A ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਸੈਕਿੰਡ ਅਗਰ ਮੈਂ ਗੱਲ ਕਰਾਂ ਵੋਲਟੇਜ ਵੋਲਟੇਜ ਦੀ ਕੀ ਹੁੰਦੀ ਹੈ ਵੋਲਟ ਹੁੰਦੀ ਹੈ ਜਿਸ ਨੂੰ V ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕਲੀਅਰ ਥਰਡ ਅਗਰ ਆਪਾਂ ਗੱਲ ਕਰੀਏ ਸੌਰੀ ਪਾਵਰ ਪਾਵਰ ਦੀ ਐਸ ਆਈ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ ਵਾਟ ਜਿਸ ਨੂੰ W ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਰੈਜ਼ਿਸਟੈਂਸ ਦੀ ਐਸ ਆਈ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ ਓਮ ਕਲੀਅਰ ਆਪਾਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਜੋ ਆਪਣੇ ਕੋਲ ਕੀ ਹੁੰਦਾ ਚਾਰਜ ਜਿੰਨੇ ਕੁਐਸਚਨ ਬਣ ਗਿਆ ਆਪਾਂ ਉਸ ਦੇ ਬੇਸਿਸ ਤੇ ਕਰ ਲੈਨੇ ਆ ਇਹਦੀ ਐਸ ਆਈ ਯੂਨਿਟ ਕੀ ਹੁੰਦੀ ਹੈ ਕੋਲਮ ਵੇਟ ਹਾਂਜੀ ਇਹਦੀ ਐਸ ਆਈ ਯੂਨਿਟ ਕੀ ਹੁੰਦੀ ਆਪਣੇ ਕੋਲ ਕੋਲਮ ਹੁੰਦੀ ਹੈ ਕਲੀਅਰ ਨੈਕਸਟ ਅਗਰ ਆਪਾਂ ਗੱਲ ਕਰੀਏ ਹੋਰ ਕੀ ਰਹਿ ਗਿਆ ਫ੍ਰੀਕੁਐਂਸੀ ਫ੍ਰੀਕੁਐਂਸੀ ਦੀ ਐਸਆਈ ਯੂਨਿਟ ਕੀ ਹੁੰਦੀ ਹੈ ਆਪਣੇ ਕੋਲ ਹਰਟਸ ਜਿਸ ਨੂੰ ਆਪਾਂ ਕਿਸ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਐਚ ਜ਼ੈਡ ਕਲੀਅਰ ਟਾਈਮ ਦੀ ਐਸਆਈ ਯੂਨਿਟ ਕੀ ਹੁੰਦੀ ਹੈ ਸੈਕਿੰਡ ਤੁਹਾਨੂੰ ਪਤਾ ਹੀ ਹੈ ਇਹ ਕੁਝ ਐਸਆਈ ਯੂਨਿਟਸ ਨੇ ਹੋਰ ਵੀ ਬਹੁਤ ਹੁੰਦੀਆਂ ਤਾਂ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਇਗਜ਼ਾਮ ਦੇ ਵਿੱਚ ਕੋਈ ਵੀ ਪੁੱਛੀ ਜਾ ਸਕਦੀ ਹੈ ਕਲੀਅਰ ਹੈ ਜੀ ਨੈਕਸਟ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਆਪਨੇ 18th ਕੁਐਸਚਨ ਤੇ ਨੇਮ ਦਾ ਮੈਟਲ ਵਿੱਚ ਇਜ਼ ਈਜ਼ਲੀ ਕੱਟ ਬਾਈ ਅ ਸਿੰਪਲ ਨਾਈਫ ਕਿਹੜੀ ਮੈਟਲ ਹੈ ਜਿਸ ਨੂੰ ਆਪਾਂ ਈਜ਼ਲੀ ਕੱਟ ਕਰ ਸਕਦੇ ਹਾਂ ਮਤਲਬ ਸਿੰਪਲ ਨਾਈਫ ਦੇ ਨਾਲ ਵੀ ਕਟਿੰਗ ਕੀਤੀ ਜਾ ਸਕਦੀ ਹੈ ਆਪਸ਼ਨਸ ਦੇਖ ਲਓ ਸੋਡੀਅਮ ਲੈਡ ਟਿਨ ਮਰਕਰੀ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਇਸ ਕੁਐਸਚਨ ਦਾ ਰਾਈਟ ਆਨਸਰ ਸੋਡੀਅਮ ਹੈ ਆਪਸ਼ਨ ਏ ਜਿਸ ਨੂੰ ਆਪਾਂ ਈਜ਼ਲੀ ਨਾਈਫ ਦੇ ਨਾਲ ਕੱਟ ਕਰ ਪਾਣੇ ਕਿਉਂਕਿ ਇੱਕ ਮੈਟਲ ਹੈ ਸੋਡੀਅਮ ਕਿਹੜੀ ਮੈਟਲ ਹੈ ਅਲਕਲਾਈ ਮੈਟਲ एटॉमिक नंबर ਕਿੰਨਾ ਸੀਗਾ 11 ਆਪਾਂ ਹੁਣੇ ਕੀਤਾ ਸੀ ਸੋਡੀਅਮ ਨੂੰ ਐਨਾ ਨਾਲ ਰਿਪਰੈਜ਼ੈਂਟ ਕਰਦੇ ਆਂ एटॉमिक ਨੰਬਰ 11 ਫਰਸਟ ਗਰੁੱਪ ਦੇ ਵਿੱਚ ਹੀ ਆ ਜਾਂਦੀ ਹੈ ਠੀਕ ਹੈ ਤਾਂ ਅਗਰ ਆਪਾਂ ਗੱਲ ਕਰੀਏ ਰਾਈਟ ਆਨਸਰ ਇਹ ਹੈ ਅੱਛਾ ਮਰਕਰੀ ਕੀ ਹੈ ਆਪਣੇ ਕੋਲ ਲਿਕਵਿਡ ਮੈਟਲ ਇਕੋ ਇੱਕ ਲਿਕਵਿਡ ਮੈਟਲ ਹੈ ਆਪਣੇ ਕੋਲ ਮਰਕਰੀ ਇੱਕ ਹੀ ਆਪਣੇ ਕੋਲ ਲਿਕਵਿਡ ਨੋਨ ਮੈਟਲ ਹੈ ਕਹੇリエ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਲਿਕਵਿਡ ਨੋਨ ਮੈਟਲ ਦਾ ਨੇਮ ਦੱਸੋਗੇ ਕਮੈਂਟ ਸੈਕਸ਼ਨ ਦੇ ਵਿੱਚ ਕਲੀਅਰ ਧਿਆਨ ਨਾਲ ਦੱਸਿਓ ਹਾਂਜੀ ਨੈਕਸਟ ਆਪਾਂ ਗੱਲ ਕਰਦੇ ਆ ਆਪਣੇ ਲਾਸਟ ਕੁਐਸਚਨ ਦੀ 19th ਕੁਐਸਚਨ ਦੀ ਵਿਚ ਆਫ ਦਾ ਫੋਲੋਇੰਗ ਸੌਰੀ ਵਾਟ ਇਜ਼ ਦਾ ਕੈਮੀਕਲ ਫਾਰਮੂਲਾ ਆਫ ਅਲਕੋਹਲ ਅਲਕੋਹਲ ਦਾ ਕੈਮੀਕਲ ਫਾਰਮੂਲਾ ਕੀ ਹੈ ਹਾਂਜੀ ਦੇਖੋ ਅਗਰ ਆਪਾਂ ਗੱਲ ਕਰੀਏ ਅਲਕੋਹਲ ਦੀ ਅਲਕੋਹਲ ਦੇ ਜਿਵੇਂ ਨਾ ਹੁਣ ਇਹ ਆਪਾਂ ਨੂੰ ਆਪਸ਼ਨਸ ਦਿੱਤੀਆਂ ਆਪਾਂ ਕਿਸ ਤਰੀਕੇ ਨਾਲ ਚੈੱਕ ਕਰਨਾ ਹੈ ਆਪਾਂ ਇਸ ਤਰੀਕੇ ਨਾਲ ਲਿਖਦੇ ਆ R ਮਤਲਬ ਕੋਈ ਵੀ ਆਪਾਂ ਕਾਰਬਨ ਐਟਮਸ ਜਿੰਨੇ ਵੀ ਲੈਨੇ ਠੀਕ ਨਾਲ ਆਪਾਂ ਕੀ ਲਾਣੇ ਆ ਉਸ ਦੇ ਪਿੱਛੇ ਇੱਕ ਗਰੁੱਪ ਲਗਾਣੇ ਆ ਕਲੀਅਰ ਉਹ ਗਰੁੱਪ ਦੇ ਅਕੋਰਡਿੰਗ ਆਪਾਂ ਨੂੰ ਕੀ ਦੱਸਣਾ ਹੁੰਦਾ ਕਿ ਆਪਣੇ ਕੋਲ ਫੰਕਸ਼ਨਲ ਗਰੁੱਪ ਬੋਲ ਦਿੰਨੇ ਆ ਜਿਸ ਨੂੰ ਗਰੁੱਪ ਮਤਲਬ ਫੰਕਸ਼ਨਲ ਗਰੁੱਪ ਜਿਸ ਨੂੰ ਦੇਖ ਕੇ ਆਪਾਂ ਦੱਸਨੇ ਕਿ ਇਹ ਆਪਣੇ ਕੋਲ ਅਲਕੋਹਲ ਹੈ ਜਾਂ ਨਹੀਂ ਹੈ ਤਾਂ ਹੁਣ ਅਗਰ ਆਪਾਂ ਇਸ ਕੈਮੀਕਲ ਫਾਰਮੂਲਾ ਦੀ ਗੱਲ ਕਰੀਏ ਤਾਂ ਆਪਣੇ ਕੋਲ ਜੋ ਫਰਸਟ অপਸ਼ਨ ਹੈ C2H5OH ਇਹ ਕਿਸ ਨੂੰ ਰਿਪਰੈਜ਼ੈਂਟ ਕਰਦੀ ਹੈ ਅਲਕੋਹਲ ਨੂੰ ਕਿਸ ਅਲਕੋਹਲ ਨੂੰ ਕਰਦੀ ਹੈ ਇਹ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਕਾਰਬਨ ਕਿੰਨੇ ਨੇ 2 ਕਾਰਬਨ 2 ਦਾ ਮਤਲਬ ਕੀ ਹੁੰਦਾ ਇਥ ਤਾਂ ਇਹ ਹੀ ਆਪਣੇ ਕੋਲ ਕੀ ਹੈ ਇਥੀਨ ਹੈ ਜਿਹਦੇ ਨਾਲ ਕੀ ਲੱਗਿਆ ਹੋਇਆ ਆਪਣੇ ਕੋਲ ਅਲਕੋਹਲ OH ਫੰਕਸ਼ਨਲ ਗਰੁੱਪ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ O ਨੂੰ ਤਾਂ ਜਦੋਂ ਆਪਾਂ ਇਥੀਨ ਦੇ ਵਿੱਚ ਅਲਕੋਹਲ ਨੂੰ ਮਿਲਾ ਦਿੰਦੇ ਹਾਂ ਮਤਲਬ ਇਥੀਨ ਜਿਹਦੇ ਵਿੱਚ ਦੋ ਕਾਰਬਨ ਲੱਗੇ ਹੋਏ ਆ ਵਿੱਚ ਅਲਕੋਹਲ ਨੂੰ ਆਪਾਂ ਐਡ ਕੀਤਾ ਹੈ OH ਗਰੁੱਪ ਲਗਾਇਆ ਤਾਂ ਇਹ ਆਪਣੇ ਕੋਲ ਕੀ ਬਣ ਗਿਆ ਇਥਨੋਲ ਕੀ ਬਣ ਗਿਆ ਇਥਨੋਲ ਕਲੀਅਰ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਆਪਣੇ ਕੋਲ ਕੀ ਹੋ ਗਿਆ অপਸ਼ਨ A ਕੀ ਕਹਿੰਦਾ ਆਪਣੇ ਕੋਲ C2H5OH ਕਲੀਅਰ ਹੈ ਜੀ ਉਮੀਦ ਹੈ ਤੁਹਾਨੂੰ 19 ਦੇ 19 ਕੁਐਸਚਨ ਕਲੀਅਰ ਹੋ ਚੁੱਕੇ ਹਨ ਕੋਈ ਵੀ ਡਾਊਟ ਨਹੀਂ ਰਿਹਾ ਹੋਏਗਾ ਕਲੀਅਰ ਔਰ ਅਗਰ ਕੋਈ ਡਾਊਟ ਹੋਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕੁਐਸਚਨ ਪੁੱਛ ਸਕਦੇ ਹੋ ਡਾਊਟ ਕਲੀਅਰ ਕਰ ਸਕਦੇ ਹੋ ਠੀਕ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਜਿਨ੍ਹਾਂ ਨੇ ਵੀ ਐਗਜ਼ਾਮ ਦੇਣ ਹੈ ਆਪਣਾ ਪੀਟੈਟ ਦਾ ਐਗਜ਼ਾਮ ਦੇਣਾ ਹੈ ਉਨਾ ਨਾਲ ਜ਼ਰੂਰ ਸ਼ੇਅਰ ਕਰਿਓ ਸੋ ਦੈਟ ਉਹ ਵੀ ਆਪਣੀ ਮਤਲਬ ਪ੍ਰੈਪਰੇਸ਼ਨ ਕਰ ਸਕਣ ਪ੍ਰੋਪਰ ਵੇ ਦੇ ਵਿੱਚ ਠੀਕ ਹੈ ਜੀ ਐਂਡ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰਿਓ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਕੁਐਸਚਨਸ ਕਿਵੇਂ ਦੇ ਲੱਗੇ ਠੀਕ ਹੈ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਟੈਲੀਗ੍ਰam ਗਰੁੱਪ ਨੂੰ ਜੁਆਇਨ ਨਹੀਂ ਕੀਤਾ ਉਹ ਜ਼ਰੂਰ ਜੁਆਇਨ ਕਰ ਲਿਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਨੂੰ ਲਿੰਕ ਪ੍ਰੋਵਾਈਡ ਕਰ ਦਊਂਗੀ ਕਲੀਅਰ ਥੈਂਕ ਯੂ ਸੋ ਮੱਚ